ਇਹਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ, ਤੂੰ ਵਾਰ ਵਾਰ ਬੋਲਦਾ ਸਾਨੂੰ ਮਜਬੂਰ ਨਾ ਕਰਕੇ, ਅਸੀਂ ਤੇਰੀ ਤੇਰੇ ਮੂੰਹ ਚੋਂ ਤੇਰੀ ਜੀਭ ਖਿੱਚ ਲਈਏ, ਸਾਨੂੰ ਇਹ ਮਜਬੂਰ ਨਾ ਕੀਤਾ ਜਾਵੇ। ਸਾਨੂੰ ਪ੍ਰਸ਼ਾਸਨ ਨੂੰ ਵੀ ਇਹ ਗੱਲ ਅਸੀਂ ਚੇਤਾਵਨੀ ਵੀ ਦਿੰਦੇ ਤੇ ਕਹਿਣਾ ਵੀ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਪਰਚਾ ਕਿਉਂ ਨਹੀਂ ਦਰਜ ਕਰ। ਉਹਨੇ ਨੇ ਸਾਡੀ ਮਾਤਾ ਦੇ ਬਾਰੇ ਜਿਹੜਾ 15-16 ਹੱਥ ਕਹਿ ਕੇ, ਮੈਂ ਮਾਤਾ ਵਾਂਗੂ ਨਹੀਂ ਹਾਂ, 15-16 ਹੱਥ, ਇਹਨੂੰ ਕਿੰਨੇ ਅਧਿਕਾਰ ਦਿੱਤਾ ਪਹਿਲੇ ਤਾਂ ਕਿਸੇ ਦੇ ਧਰਮ ਦੇ ਬਾਰੇ ਟਿੱਪਣੀ ਕਰਨ ਦਾ। ਹੁਣ ਇਹਨੂੰ ਇਹ ਵੀ ਗੱਲ ਦੱਸਣਾ ਚਾਹੁੰਦੇ ਹਾਂ, ਪ੍ਰਸ਼ਾਸਨ ਨੂੰ ਵੀ ਚਾਹੁੰਦੇ, ਇੱਕ ਹਫ਼ਤੇ ਵਿੱਚ ਇੱਥੇ ਪਰਚਾ ਦਰਜ ਕੀਤਾ ਜਾਊਗਾ। ਜੇ ਨਹੀਂ ਕੀਤਾ ਗਿਆ ਤਾਂ ਫਿਰ ਇਹਨੂੰ ਮੂੰਹ ਤੋੜ ਜਵਾਬ ਅਸੀਂ ਆਪਣੇ ਤਰੀਕੇ ਨਾਲ ਦੇਵਾਂਗੇ, ਫਿਰ ਉਹਦਾ ਜ਼ਿੰਮੇਦਾਰ ਪ੍ਰਸ਼ਾਸਨ। ਹਿੰਦ ਵੱਲੋਂ ਤੇ ਸ਼ਿਵਸੈਨਾ ਪੰਜਾਬ ਵੱਲੋਂ ਸਾਂਝੀ ਇੱਕ ਕੰਪਲੇਂਟ ਮਾਨਯੋਗ ਡੀਸੀਪੀ ਸਾਹਿਬ ਨੂੰ ਦਿੱਤੀ ਗਈ ਹੈ। ਇਸ ਕੰਪਲੇਂਟ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਜੋ ਕਿ ਵਾਰਿਸ ਪੰਜਾਬ ਦਾ ਮੁਖੀ, ਉਹ ਆਏ ਦਿਨ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਹਮੇਸ਼ਾ ਹੀ ਸ਼ੜਯੰਤਰ ਰਚ ਰਿਹਾ। ਪਿਛਲੇ ਦਿਨੀ ਵੀ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ, ਕ੍ਰਿਸਚਨ ਭਾਈਚਾਰੇ ਬਾਰੇ ਗਲਤ ਟਿੱਪਣੀ ਕੀਤੀ ਅਤੇ ਉਹਦੇ ਖਿਲਾਫ ਜਲੰਧਰ ਸ਼ਹਿਰ ਦੇ ਵਿੱਚ PAP ਚੌਂਕ 'ਚ ਬੜੇ ਮੁਜ਼ਾਹਰੇ ਵੀ ਲੱਗੇ, ਧਰਨੇ ਵੀ ਲੱਗੇ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਸ ਵੀਡੀਓ ਦੇ ਵਿੱਚ ਉਹਨੇ ਮਾਤਾ ਰਾਣੀ ਦੀ ਬਿੱਦ ਵੀ ਆ, ਮਾਤਾ ਰਾਣੀ ਬਾਰੇ ਗਲਤ ਟਿੱਪਣੀ ਕੀਤੀ ਆ ਕਿ ਮੇਰੇ ਮਾਤਾ ਰਾਣੀ ਵਾਂਗੂ 15-20 ਹੱਥ ਨਹੀਂ ਹੈਗੇ। ਅਸੀਂ ਉਹਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੈਨੂੰ ਕਿੰਨੇ ਅਧਿਕਾਰ ਦੇ ਦਿੱਤਾ? ਤੁਸੀਂ ਆਪਣੇ ਮੋਰਚੇ ਲਾਉਣੇ ਆ ਜੀ, ਸਦਕੇ ਲਾਓ, ਤੁਸੀਂ ਆਪਣਾ ਵਿਚਾਰ ਕਰਨਾ, ਤੁਸੀਂ ਲੋਕਾਂ ਨੂੰ ਅੰਮ੍ਰਿਤ ਛਕਾਉਣਾ ਜੀ, ਸਦਕੇ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਅਗਰ ਕੋਈ ਵੀ ਹਿੰਦੂ ਧਰਮ ਬਾਰੇ ਜਾਂ ਹਿੰਦੂ ਸਨਾਤਨ ਧਰਮ ਬਾਰੇ ਟਿੱਪਣੀ ਕਰੇਗਾ ਤਾਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹੋ ਜਿਹੇ ਖੌਤੀ ਨੂੰ ਅਸੀਂ ਇਹ ਚੈਲੰਜ ਕਰਦੇ ਹਾਂ ਕਿ ਇਹੋ ਜਿਹੀ ਟਿੱਪਣੀ ਕਿਸੇ ਵੀ ਧਰਮ ਬਾਰੇ, ਚਾਹੇ ਹਿੰਦੂਆਂ ਬਾਰੇ ਕਰੇ, ਚਾਹੇ ਕ੍ਰਿਸਚਨ ਭਾਈਚਾਰੇ ਬਾਰੇ ਕਰੇ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਕਿਉਂਕਿ ਇਹ ਜਿਹੜੀ ਟਿੱਪਣੀ ਇਹਨਾਂ ਨੇ ਕੀਤੀ ਹੈ, ਇਹ ਵੀਡੀਓ ਦੇ ਮਾਧਿਅਮ, ਮੈਂ ਤੁਹਾਨੂੰ ਵੀਡੀਓ ਵੀ ਦਿਖਾਉਣਾ ਚਾਹੂੰਗਾ ਕਿਉਂਕਿ ਵੀਡੀਓ ਦੇ ਵਿੱਚ ਇਹ ਸਾਫ਼ ਕਿਹਾ ਜਾ ਰਿਹਾ ਸੀ ਕਿ ਮੇਰੇ 20 ਹੱਥ ਨਹੀਂ ਹੈਗੇ। ਪਰ ਜਾਣ ਬੁੱਝ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਆਹਤ ਕਰਨਾ, ਹਿੰਦੂਆਂ ਦੇ ਪ੍ਰਤੀ ਦੰਗੇ ਭੜਕਾਉਣ ਦੀ ਸਾਜ਼ਿਸ਼ ਰਚਣਾ, ਅਸੀਂ ਮਾਨਯੋਗ DCP ਸਾਹਿਬ ਅੱਗੇ ਮੰਗ ਕੀਤੀ ਹੈ ਕਿ ਇੱਕ ਹਫ਼ਤੇ ਦੇ ਵਿੱਚ ਇੱਥੇ ਪਰਚਾ ਦਰਜ ਕੀਤਾ ਜਾਵੇ। ਅਗਰ ਨਹੀਂ ਦਰਜ ਕੀਤਾ ਜਾਂਦਾ ਤਾਂ ਅਗਲੀ ਰਣਨੀਤੀ ਜਿਹੜੀ ਬਣਾਈ ਜਾਏਗੀ ਉਹਦੇ ਵਿੱਚ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ, ਇਹਦੇ ਪੁਤਲੇ ਵੀ ਫੂਕ ਕੇ ਜਾਣਗੇ, ਇਹਦੇ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਜਾਏਗਾ। ਅੱਜ ਇੱਥੇ ਆਏ ਜਿਹੜਾ ਇੱਕ ਵਾਇਰਸ ਪੰਜਾਬ ਦਾ ਜਿਹੜਾ ਮੁਖੀ ਬਣਿਆ ਪਿਆ ਵਾ, ਕਹਿੰਦਾ ਭਾਵੇਂ ਵਾਇਰਸ ਹੀ ਹੈ ਪੰਜਾਬ ਵਿੱਚ, ਜਿਹੜਾ ਆਏ ਦਿਨ ਦੰਗੇ ਫੈਲਾ ਰਿਹਾ। ਹੁਣ ਇਹਨੇ ਸਾਡੀ ਮਾਤਾ ਦੇ ਬਾਰੇ ਜਿਹੜਾ 15-16 ਹੱਥ ਕਹਿ ਕੇ, ਮੈਂ ਮਾਤਾ ਵਾਂਗੂ ਨਹੀਂ ਹਾਂ, 15-16 ਹੱਥ, ਇਹਨੂੰ ਕਿੰਨੇ ਅਧਿਕਾਰ ਦਿੱਤਾ ਪਹਿਲੇ ਤਾਂ ਕਿਸੇ ਦੇ ਧਰਮ ਦੇ ਬਾਰੇ ਟਿੱਪਣੀ ਕਰਨ ਦਾ? ਅਸੀਂ ਕਿਸੇ ਦੇ ਧਰਮ ਬਾਰੇ ਨਹੀਂ ਬੋਲਦੇ ਤੇ ਇਹਨੂੰ ਵੀ ਅਧਿਕਾਰ ਨਹੀਂ ਸਾਡੇ ਧਰਮ ਦੇ ਬਾਰੇ ਬੋਲਣ ਦਾ? ਅਸੀਂ ਇਹਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ, ਤੂੰ ਵਾਰ ਵਾਰ ਬੋਲਦਾ ਸਾਨੂੰ ਮਜਬੂਰ ਨਾ ਕਰਕੇ, ਅਸੀਂ ਤੇਰੀ ਤੇਰੇ ਮੂੰਹ ਚੋਂ ਤੇਰੀ ਜੀਭ ਖਿੱਚ ਲਈਏ, ਸਾਨੂੰ ਇਹ ਮਜਬੂਰ ਨਾ ਕੀਤਾ ਜਾਵੇ। ਸਾਨੂੰ ਪ੍ਰਸ਼ਾਸਨ ਨੂੰ ਵੀ ਇਹ ਗੱਲ ਅਸੀਂ ਚੇਤਾਵਨੀ ਵੀ ਦਿੰਦੇ ਤੇ ਕਹਿਣਾ ਵੀ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਪਰਚਾ ਕਿਉਂ ਨਹੀਂ ਦਰਜ ਕਰਦੇ? ਪਿਛਲੇ ਦਿਨੀ ਇਹਨੇ ਜਿਹੜੀ ਕ੍ਰਿਸਚਨ ਭਾਈਚਾਰੇ ਮਾੜੀ ਸ਼ਬਦਾਵਲੀ ਬੋਲੀ ਸੀ, ਹੁਣ ਇਹਨੇ ਹਿੰਦੂਆਂ ਦੇ ਬਾਰੇ, ਮਾਤਾ ਬਾਰੇ ਮਾੜੀ ਸ਼ਬਦਾਵਲੀ ਬੋਲੀ ਹੈ, ਇਹ ਕਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ। ਇਹਨੂੰ ਹੁਣ ਇਹਨੂੰ ਇਹ ਵੀ ਗੱਲ ਦੱਸਣਾ ਚਾਹੁੰਦੇ ਹਾਂ, ਪ੍ਰਸ਼ਾਸਨ ਨੂੰ ਵੀ ਚਾਹੁੰਦੇ, ਇੱਕ ਹਫ਼ਤੇ ਵਿੱਚ ਇੱਥੇ ਪਰਚਾ ਦਰਜ ਕੀਤਾ ਜਾਊਗਾ। ਜੇ ਨਹੀਂ ਕੀਤਾ ਗਿਆ ਤਾਂ ਫਿਰ ਇਹਨੂੰ ਮੂੰਹ ਤੋੜ ਜਵਾਬ ਅਸੀਂ ਆਪਣੇ ਤਰੀਕੇ ਨਾਲ ਦੇਵਾਂਗੇ, ਫਿਰ ਉਹਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਊਗਾ।